ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਹਾਂ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਬਹੁਤ 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 ਧੰਨਵਾਦ। ਸਾਰੇ ਜਣੇ ਤੁਸੀਂ ਸਾਰੇ ਇਕੱਠੇ ਹੋਏ ਹੋ, ਬੀਬੀਆਂ ਸਾਡੀਆਂ, ਮਾਤਾਵਾਂ ਸਾਡੀਆਂ, ਨਿੱਕੇ ਨਿੱਕੇ ਬੱਚੇ, ਬਜ਼ੁਰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਸੰਗਤ ਨੂੰ ਬੇਨਤੀ ਵੀ ਰਾਗੀ ਸਿੰਘ, ਢਾਡੀ ਸਿੰਘ, ਕੁਸ਼ਰ ਜਥੇ ਤੇ ਪਹੁੰਚੇ ਨੇ, ਬੇਨਤੀ ਵੀ ਆ ਰਸਤਾ ਥੋੜਾ ਜਿਹਾ ਪਿੱਛੇ ਹਟ ਜਾਓ, ਜਗ੍ਹਾ ਬਣਾ ਦਿਓ, ਸਪੇਸ ਬੈਠ ਜੂਗੀ ਤੇ ਇੱਥੇ ਬੈਠ ਜਾਣਗੇ। ਇਹ ਬੇਨਤੀ ਪ੍ਰੋ ਆਓ ਐਮ ਜੀ। ਬਸ ਮੈਂ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਆਇਆ ਜੀ ਇੱਥੇ। ਤੇ ਹਰ ਕਲਾਕਾਰ ਦਾ, ਹਰ ਆਰਟਿਸਟ ਦਾ, ਬੇਸਿਕਲੀ ਮੈਂ ਗਾਉਣੇ ਵਾਲੇ ਇਕੱਲੇ ਦੀ ਗੱਲ ਨਹੀਂ ਕਰੂੰਗਾ, ਹਰ ਆਰਟਿਸਟ, ਚਾਹੇ ਉਹ ਪੇਂਟਿੰਗ ਤੋਂ ਲੈ ਕੇ, ਚਾਹੇ ਉਹ ਪੋਇਟਰੀ ਵਾਲਾ ਬੰਦਾ, ਚਾਹੇ ਉਹ ਪੋਇਮ ਲਿਖਦਾ, ਚਾਹੇ ਉਹ ਕਵਿਤਾਵਾਂ ਲਿਖਦਾ ਜਾਂ ਕੁਛ ਵੀ ਲਿਖਦਾ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨੀ ਨੂੰ ਲੈ ਕੇ, ਆ ਕਿਸਾਨ ਮਜ਼ਦੂਰ ਏਕਤਾ ਨੂੰ ਲੈ ਕੇ ਜਿੰਨੀਆਂ ਵੀ ਚੀਜ਼ਾਂ ਇਸ ਅੰਦੋਲਨ ਨੂੰ ਲੈ ਕੇ ਲਿਖੀਆਂ ਨੇ, ਬਣਾਈਆਂ ਨੇ, ਪੇਂਟ ਕੀਤੀਆਂ ਨੇ, ਗਾਣੇ ਗਾਏ ਨੇ, ਵੀਡੀਓਜ਼ ਬਣਾਈਆਂ ਨੇ ਜਾਂ ਕੁਛ ਵੀ ਕਿਤੇ ਵੀ ਵਧੀਆ ਤਰੀਕੇ ਨਾਲ ਸ਼ੇਅਰ ਕੀਤਾ, ਉਹਨਾਂ ਦਾ ਸਾਰਿਆਂ ਦਾ ਮੈਂ ਰਿਣੀ ਆ ਜੀ ਧੰਨਵਾਦ ਕਰਦਾ ਸਾਰਿਆਂ ਦਾ। ਭਾਜੀ ਮਾੜਾ ਪਰਾਂ ਨੂੰ ਹੋਇਓ, ਮੈਂ ਬਾਹਲਾ ਛੋਟਾ ਲੱਗੀ ਜਾਂਦਾ, ਮੈਂ ਗਾਣਾ ਸੁਣਾ ਕੇ ਜਾਵਾਂਗਾ ਜੀ, ਕੋਈ ਚੱਕਰ ਵਾਲੀ ਗੱਲ ਨਹੀਂ, ਗਾਣਾ ਸੁਣਾ ਕੇ ਜਾਵਾਂਗਾ, ਥੋੜਾ ਲਾਈਟ ਕਰਕੇ ਜਾਵਾਂਗੇ ਮਾਹੌਲ, ਥੋੜਾ ਜਿਹਾ ਹੱਸੋ, ਹੱਸਣਾ ਚਾਹੀਦਾ ਥੋੜਾ ਜਿਹਾ, ਠੀਕ ਨੇ। ਤੇ ਬਾਕੀ ਅਕਾਲ ਪੁਰਖ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸਭ ਤੋਂ ਪਹਿਲਾਂ ਹਰੇਕ ਪੰਜਾਬ ਦਾ ਖੈਰ ਕਲਾਕਾਰ ਤੇ ਹਰੇਕ ਕਲਾਕਾਰ ਜਿਹੜਾ ਆਪਣਾ ਕਿਸਾਨੀ ਨਾਲ ਸੰਬੰਧਿਤ ਹੈ। ਮੈਂ ਜਦੋਂ ਗਾਉਣਾ ਸ਼ੁਰੂ ਕੀਤਾ ਉਹ ਸਾਡੇ 14 ਜਾਂ 15 ਕਿੱਲੇ ਸੀਗੇ, ਕਿੱਲਾ ਕੁ ਮੇਰੇ ਖਿਆਲ ਗਹਿਣੇ ਸੀ, 14 ਕਿੱਲੇ ਸੀ, ਦੋ ਸੀ ਭਰਾ, ਹੁਣ ਤਾਂ ਮੈਂ ਗਾਉਣ ਲੱਗ ਗਿਆ, ਚਲੋ 14-15 ਕਿੱਲੇ ਹੋਰ ਲੈ ਲਏ। ਤੇ ਉਹ 14 ਕਿੱਲੇ ਸੀ, ਉਹ ਜਿਹੜੇ 14 ਕਿੱਲਿਆਂ ਦੀ ਕਮਾਈ ਸੀ, ਉਦੋਂ ਮੈਂ ਫਾਦਰ ਸਾਹਿਬ ਨੂੰ ਆਖਿਆ, ਮੈਂ ਕਿਹਾ ਬਾਪੂ ਜੀ 5 ਲੱਖ ਰੁਪਇਆ ਦੇ ਦਿਓ ਗੈਸਟ ਕਰਨੀ ਆ। ਕਹਿੰਦੇ ਤੇ ਮੈਂ ਕਿਹਾ ਇੱਕ ਗੱਡੀ ਲੈ ਦਿਓ। ਕਹਿੰਦੇ ਬੁੱਧ 5 ਲੱਖ ਰੁਪਇਆ, ਜਾਂ ਤਾਂ ਲਾ ਲਾ ਕੈਸਟ ਤੇ ਆਪਣੀ ਦੇ ਤੇ, ਜਾਂ ਲੈ ਲਾ ਗੱਡੀ। ਮੈਂ ਕਿਹਾ ਚੱਲ ਗੱਡੀ ਤਾਂ ਜੈਨ ਹੈਗੀ, ਆਪਾਂ ਉਹੀ ਰੱਖੀ ਰੱਖਾਂਗੇ। ਨਹੀਂ ਕਹਿੰਦੇ ਬੁੱਧ ਆਹ ਵੇਚਾਂਗੇ, 2 ਕੁ ਦੀ ਵਿਕੂਗੀ, 3 ਦਿਨ ਵਾੜ ਤੇ ਵੜ ਕੇ ਲਿਆ ਦੇਣਾ, 3 ਕੁ ਲੱਖ ਰੁਪਇਆ, ਉਹ 2 ਦੀ ਤੇਰੀ ਗੱਡੀ ਵੇਗੀ, 5 ਲੱਖ ਰੁਪਇਆ ਤੈਨੂੰ ਦਿੰਦੇ ਹਾਂ ਕੈਸਟ ਕਰਨੀ ਆ, ਕੈਸਟ ਕਰ ਲੈ, ਨਵੀਂ ਗੱਡੀ ਲੈਣੀ ਆ ਨਵੀਂ ਦਾਦਾ। ਮੈਂ ਕਿਹਾ ਡੈਡੀ ਤੁਸੀਂ ਕੈਸਟ ਕਰਾ ਦਿਓ ਗੱਡੀ, ਮੈਂ ਬਾਅਦ 'ਚ ਦੇਖ ਲੂੰਗਾ। ਗੱਡੀ ਦਾ ਉਹ ਮਾਰਾ, ਇਹਨੇ ਰੰਗ ਲਾਏ ਆ, ਉਹ ਕੈਸਟ ਤੋਂ ਇਹੋ ਜਿਹਾ ਕੰਮ ਚੱਲਿਆ, ਗੱਡੀਆਂ ਕਰਤੀਆਂ। ਤੇ ਮੈਂ ਅਕਾਲ ਪੁਰਖ ਦਾ ਧੰਨਵਾਦ ਆ। ਚਲੋ ਮੈਂ ਕਿਸਾਨੀ ਤੋਂ ਸ਼ੁਰੂ ਹੋਇਆ ਤੇ ਜੇ ਮੈਂ ਇੱਥੇ ਤੱਕ ਆਇਆ, ਜਿਹੜਾ ਵੀ ਕੋਈ ਕਲਾਕਾਰ ਇਹਨਾਂ ਮਤਲਬ ਇਹਨਾਂ ਲੈਵਲ ਤੇ ਪਹੁੰਚਿਆ ਜਾਂ ਕਿਤੇ ਵੀ ਕੋਈ ਪਹੁੰਚਿਆ, ਉਹ ਸਿਰਫ ਤੇ ਸਿਰਫ ਸਾਰੇ ਕਿਸਾਨਾਂ ਦੀ ਬਦੌਲਤ ਹੈ। ਜੇ ਇਹਨਾਂ ਸਾਡੇ ਵੀਰਾਂ ਭਰਾਵਾਂ ਦੀਆਂ ਫਸਲਾਂ ਹੁੰਦੀਆਂ ਨੇ ਤੇ ਸਾਂ ਸਾਡੇ ਕਲਾਕਾਰਾਂ ਦੇ ਪ੍ਰੋਗਰਾਮ ਲੱਗਦੇ ਆ, ਚਾਹੇ ਪਿੰਡਾਂ ਦੇ ਖੇਡ ਮੇਲੇ ਲੱਗਦੇ ਆ, ਚਾਹੇ ਵਿਆਹਾਂ ਦੇ ਪ੍ਰੋਗਰਾਮ ਲੱਗਦੇ ਆ, ਅਸੀਂ ਸਾਰੇ ਹੀ ਸੰਬੰਧ ਰੱਖਦੇ ਹਾਂ ਕਿਸਾਨੀ ਨਾਲ ਤੇ ਸਾਰੇ ਆਪਾਂ ਹੈ ਹੀ ਕਿਸਾਨ ਪਰਿਵਾਰਾਂ ਤੋਂ। ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਭ ਤੋਂ ਵੱਧ ਜਿਹੜੀ ਦਿਲੋਂ ਖੁਸ਼ੀ ਹੁੰਦੀ ਹੈ ਹਰ ਬੰਦੇ ਨੂੰ, ਜਿਹੜੇ ਆਪਾਂ ਸਾਰੇ ਜਣੇ ਇਕੱਠੇ ਹੋਏ ਆ, ਜੰਗ ਤਾਂ ਆਪਾਂ ਜਿੱਤ ਗਏ, ਹੱਦ ਬਸ ਚਲੋ ਜਾਂਦੇ ਜਾਂਦੇ ਉਹ ਇੱਕ ਕਹਿ ਕੇ ਜਾਣਾ ਵੀ ਸਾਨੂੰ ਉਹ ਵੀ ਕੀ ਕਹੇ, ਇੱਥੇ ਜਾ ਵੜਾਂਗੇ, ਜਾ ਕੇ ਅਸੀਂ ਕਹਿ ਜਾਂਗੇ ਵੀ ਸਾਨੂੰ ਤਾਂ ਮਨਜ਼ੂਰ ਹੀ ਨਹੀਂ ਹੈਗੇ ਤੁਹਾਡੇ ਲਓ, ਸਾਨੂੰ ਕਿਹੜਾ ਮਨਜ਼ੂਰ ਨੇ, ਉਹ ਵੀ ਮਨਜ਼ੂਰ ਨਹੀਂ, ਆਪਾਂ ਵੈਸੇ ਰੱਖਣੇ ਵੀ ਨੀਗੇ। ਇੱਕ ਤਾਂ ਹੁੰਦੀ ਨਾ ਗੱਲ ਕਿ ਬੰਦੇ ਨੇ ਮੰਗ ਰੱਖਣੀ ਹੁੰਦੀ ਆ, ਅਸੀਂ ਮੰਗ ਤਾਂ ਕੋਈ ਰੱਖ ਹੀ ਨਹੀਂ ਰਹੇ, ਅਸੀਂ ਤਾਂ ਜਿਹੜੀ ਚੀਜ਼ ਤੁਸੀਂ ਦੇਈ ਜਾਂਦੇ ਉਹ ਕਹਿੰਦੇ ਵੀ ਅਸੀਂ ਲੈਣੀ ਨਹੀਂ, ਸਾਨੂੰ ਕਿਉਂ ਤਾਂ ਕਿੰਨਾ ਦੇਈ ਜਾਂਦੇ ਹੋ, ਸਾਨੂੰ ਉਹ ਚੀਜ਼ ਚਾਹੀਦੀ ਨਹੀਂ। ਸੋ ਸਭ ਤੋਂ ਵੱਡਾ ਮੁੱਦਾ ਇਹ ਆ, ਜੰਗ ਆਪਾਂ ਜਿੱਤੇ ਹੋਏ ਆ, ਸਭ ਤੋਂ ਜਿਹੜੀ ਮੇਨ ਗੱਲ ਆ ਉਹ ਜਿਹੜੇ ਆਪਾਂ ਸਾਰੇ ਇਕੱਠੇ ਹੋ ਗਏ। ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਆਪਣੇ ਫੋਨ ਕੱਢੋ ਤੇ 2022 ਦਾ ਰਿਮਾਈਂਡਰ ਤੇ ਅਲਾਰਮ ਲਾ ਲਓ, ਇੱਕ ਭੁੱਲ ਨਾ ਜਾਈਏ ਮੁੜ ਕੇ ਫਿਰ ਅਲਾਰਮ ਵੱਜੇ ਵੀ 2022 ਦੀਆਂ ਇਲੈਕਸ਼ਨ ਆ ਗਈਆਂ, ਧਿਆਨ ਰੱਖਿਓ ਕਿਤੇ ਮੋਰਚਾ ਭੁੱਲ ਨਾ ਜਾਇਆ ਜੀ। ਸੋ ਸਤਿ ਸ੍ਰੀ ਅਕਾਲ। ਸੋ ਸਾਰਿਆਂ ਨੂੰ ਮੇਰੀ ਇਹੋ ਬੇਨਤੀ ਆ ਤੇ ਸਾਰਿਆਂ ਨੂੰ ਸਤਿਕਾਰ ਸਹਿਤ ਵੀ ਬਹੁਤ ਵਧੀਆ ਤੇ ਸ਼ਾਂਤਮਈ ਤਰੀਕੇ ਨਾਲ ਚੱਲਦਾ ਪਿਆ। ਕੱਲ੍ਹ ਮੈਂ ਹੈਦਰਾਬਾਦ ਤੋਂ ਆਇਆ, ਉੱਥੇ ਵੀ ਲੋਕ ਪੁੱਛਦੇ ਸੀ ਵੀ ਉੱਥੇ ਕੀ ਮਾਹੌਲ ਆ। ਮੈਂ ਕਿਹਾ ਮੈਂ ਵੀ ਤੁਹਾਡੇ ਵਰਗੇ ਹਾਂ, ਮਾਹੌਲ ਤਾਂ ਮੈਂ ਕਿਹਾ ਇੰਟਰਨੈਟ ਤੇ ਤੁਹਾਨੂੰ ਪਤਾ ਲੱਗੀ ਹੋਈ ਜਾਂਦਾ। ਕਹਿੰਦੇ ਸਰ ਐਸੇ ਲੰਗਰ ਚੱਲ ਰਹੇ ਹੈ, ਬਦਾਮ ਐਸੇ ਬਦਾਮ, ਤਾਂ ਮੈਂ ਕਿਹਾ ਪੂਰੇ ਇੰਡੀਆ 'ਚ ਮੁੱਕਣ ਵਾਲੇ ਹੈ, ਮੈਂ ਕਿਹਾ ਜਿੰਨੇ ਉੱਥੇ ਚੱਲ ਰਹੇ ਹੈ। ਤੇ ਮੈਂ ਕਿਹਾ ਮਕਾਏ ਲੈ, ਹੋਰ ਹਫ਼ਤੇ ਦੀ ਨਿਬੇੜ ਦਿਆਂਗੇ, ਬਦਾਮ ਤਾਂ ਤੁਹਾਨੂੰ ਬਾਹਰੋਂ ਅੰਦਰੋਂ ਅਮਰੀਕਾ ਮਰੂਕਾ 'ਚ ਮੰਗਾਉਣੇ ਪੈਣਗੇ। ਸੋ ਬਹੁਤ ਇੰਡੀਆ ਦੀ ਪ੍ਰਾਊਡ ਫੀਲ ਹੁੰਦਾ, ਤੁਸੀਂ ਛਾਤੀ ਚੌੜੀ ਕਰਕੇ ਮਤਲਬ ਇੰਡੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਜਾਂ ਵਿਦੇਸ਼ਾਂ ਦੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਖੜਦੇ ਹੋ, ਆਪਣਾ ਨਾਂ ਰੋਸ਼ਨ ਕੀਤਾ ਤੁਸੀਂ ਸਾਰਿਆਂ ਨੇ। ਇੱਕ ਵਾਰੀ ਜ਼ੋਰਦਾਰ ਤਾੜੀਆਂ ਤੁਸੀਂ ਆਪਣੇ ਨਾਂ ਦੀਆਂ ਲਾਉਣੀਆਂ ਨੇ ਸਾਰਿਆਂ ਨੇ।
क्योंकि कोई भी बंदा कह लो इतने भी कोई किसान जथेबंदियां या आप दे आप या मतलब किसी भी तरीके हर बंदा ना इतों जो वापस जाऊगा इतों जो वापस जाना है आप दे आप जो चेंज है जो फील करूंगा इतों जो वापस जावे आप पंजाब के मेले होंगे खेड मेले ला लो कुछ ला लो आप एक दूजे का मोढ़ा वजदा तो एक दूजे आप खेपड़ते हैं एक दूजे अखा कड़ते हैं इतने जो किसी का किसी मोढ़ा भी वजदा ना दूजा बंदा तो माफी मांगता भी मेरे भी माफ कर दे कोई चक्कर वाली गल नहीं लंघ जा सो ये बहुत वड्डी उपलब्धि है सो मेरे वालों हाथ जोड़ के सारयां नूं धन्नवाद पंजाब हरियाणा यूपी या इंडिया के जिन्ने होर सूबे ने सारे तो किसान वीर ते होर साडे मातावां भैणां बजुर्ग पहुंचे सारे का मैं तहे दिलों धन्नवाद करदा अकाल पुरख तुहानूं सारयां नूं चढ़दी कला च रखे गाणा सुना दिया तो सुना दिने गाणा माड़ा ठंडा कर दी मौ हां जी हां जिंदाबाद यार सुना दिया चलो ठीक है हल शीशे जहे साफ ने भावे शकला तो बकिया सातों शुरू होण बारिया असी हुक्मां दे अकिया सानू नच ना जानी बलिए थोके जो वेंदे चाचनी जिंदाबाद रहण बलो यारिया जना करके जिउंदा यतनी जिंदाबाद रहण बलो यारिया अज ना करके जिउंदा यतनी सो सारे का बहुत बहुत धन्यवाद मेरे नाल मेरा छोटा वीर मनिंदर मुटरा आया एक कितने मुटरा ते सो मैनू एक वीर मेरे पत्रकार पुछदा सी कहिंदा दो लाइना तुसीं सुना के जायो दो लाइना सब तो वड्डियां अपने पूरे इतिहास दियां साडा जकार है बस फतेह बुलाउण लगे फतेह फतेह हां जी मेरे को गीत सीखे कि ध्यान नाल पर मैं जान के चढ़ती गल वाली गल करके गया सी एक गीत सुन लो मेरा मेरे को 8-9 साल पहला आया सी किसी ने सुनया नहीं मैं तुम्हें सुनाना हूं गाना ध्यान नाल सुन 9 साल पहला आया सी तो नहीं गूगल करो जिन्ना वीर नु प्रॉब्लम हुई है गाना एक सुन मैं जान के चढ़ती गल वाली गल की मैं नेगेटिव गल नहीं करनी चिट्टियां कालियां वड्डियां वड्डियां भुब निकल गई वेख के गड्डियां इंज लगदा रिया सीने उत्ते जिद्दां गोली वजदी रही मैं ते सीरी रोंदे रहे जदों खेती बोली लगदी रही गल्लां सारियां ने मैं जान के चढ़दी गला वाली गल कीती है कोई अपना प्रमोशन करन पाया नहीं मैं बाकी माफी चाहुंदा जे किसी नूं कोई भी इस चीज़ तों आपत्ति लगी जां किसी नूं दुख लगे हाथ बन के बेनती है जांदे बाद चढ़दी गला थैंक यू।